ਗੁੱਡ ਮਾਰਨਿੰਗ ਸਟੂਡੈਂਟਸ ਅਸੀਂ ਪੰਜਾਬੀ ਵਰਣਮਾਲਾ ਬਾਰੇ ਪੜਿਆ ਸੀ ਊੜਾ ਐੜਾ ਈੜੀ ਸੱਸਾ ਹਾ ਹ ਕੱਕਾ ਖੱਕਾ ਗੱਗਾ ਕਗਨਿਆ ਚੱਚਾ ਛੱਛਾ ਜੱਜਾ ਝੱਜਾ ਅਈਆਂ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤੱਤਾ ਥੱਥਾ ਦੱਦਾ ਧੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੱਮਾ ਯੱਯਾ ਨਾਰਾ ਲੱਲਾ ਵਾਵਾ ਰੜਾ ਸਸੇ ਬਿੰਦੀ ਸਾਂ ਬੋਲੇ ਖਖੇ ਪਰ ਬਿੰਦੀ ਖਾ ਬੋਲੇ ਗਗੇ ਪਰ ਬਿੰਦੀ ਗਾ ਬੋਲੇ ਜਜੇ ਪਰ ਬਿੰਦੀ ਜਾ ਬੋਲੇ ਫਫੇ ਪਰ ਬਿੰਦੀ ਫਾ ਬੋਲੇ ਲਲੇ ਪਰ ਬਿੰਦੀ ਲਾ ਬੋਲੇ ਜਿਹੜੇ ਇਹ ਸਾਰੇ ਐ ਇਹ ਸਾਰੇ ਪੰਜਾਬੀ ਵਰਣਮਾਲਾ ਦੇ ਅੱਖਰ ਐ ਜਿਸ ਤਰ੍ਹਾਂ ਇੰਗਲਿਸ਼ ਵਿੱਚ ਏ ਬੀ ਸੀ ਡੀ ਹੁੰਦੇ ਆ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ ਲੈਟਰਸ ਇਸ ਤਰ੍ਹਾਂ ਹੀ ਜਿਹੜੇ ਊੜੇ ਤੋਂ ਲੈ ਕੇ ਲਲੇ ਪਰ ਬਿੰਦੀ ਤੱਕ ਰ ਐ ਇਹ ਸਾਰੇ ਪੰਜਾਬੀ ਵਰਣਮਾਲਾ ਦੇ ਅੱਖਰ ਐ ਅੱਖਰ ਤੋਂ ਬਾਅਦ ਸਾਡੇ ਕੋਲ ਆਉਂਦੇ ਐ ਸ਼ਬਦ 2 3 ਜਾਂ 4 ਅੱਖਰਾਂ ਦੇ ਮੇਲ ਤੋਂ ਸਾਡੇ ਕੋਲ ਕੀ ਬਣਦਾ ਹੈ ਸ਼ਬਦ ਜਿਸ ਤਰ੍ਹਾਂ ਦੇਖੋ ਦੋ ਅੱਖਰੀ ਸ਼ਬਦ ਕੱਗਾ ਰਾਰਾ ਘਰ ਕੱਗਾ ਤੇ ਰਾਰੇ ਨੂੰ ਜਦੋਂ ਅਸੀਂ ਆਪਸ ਚ ਜੋੜਦੇ ਆਂ ਤਾਂ ਸਾਡੇ ਕੋਲ ਕਿਹੜਾ ਸ਼ਬਦ ਬਣ ਗਿਆ ਘਰ ਖਖੇ ਪੈਰ ਬਿੰਦੀ ਤੱਤਾ ਦੋ ਸ਼ਬਦਾਂ ਨੂੰ ਜੋੜ ਕੇ ਖੱਤ ਫੱਪਾ ਲੱਲੇ ਪੈਰ ਬਿੰਦੀ ਲੱਲਾ ਫਲ ਜਦੋਂ ਦੋ ਅੱਖਰਾਂ ਨੂੰ ਅਸੀਂ ਜੋੜ ਦਿੰਨੇ ਆਂ ਤਾਂ ਸਾਡੇ ਕੋਲ ਸ਼ਬਦ ਬਣ ਜਾਂਦਾ ਹੈ ਦੋ ਅੱਖਰੀ ਸ਼ਬਦ ਇਸ ਤਰ੍ਹਾਂ ਹੀ ਤਿੰਨ ਅੱਖਰੀ ਸ਼ਬਦ ਹੈ ਜਦੋਂ ਅਸੀਂ ਤਿੰਨ ਅੱਖਰਾਂ ਨੂੰ ਜੋੜ ਕੇ ਪੜ੍ਹਦੇ ਹਾਂ ਸ ਸ ਰਾ ਕਕ ਸੜਕ ਕਕ ਮਮ ਲਲ ਕਮਲ ਮਮ ਟੈਂਕ ਰਰਾ ਮਟਰ ਠੀਕ ਹੈ ਇਸ ਤਰ੍ਹਾਂ ਅੱਗੇ ਚਾਰ ਅੱਖਰੀ ਸ਼ਬਦ ਹੈ ਜਦੋਂ ਚਾਰ ਅੱਖਰਾਂ ਨੂੰ ਅਸੀਂ ਜੋੜ ਕੇ ਸ਼ਬਦ ਬਣਾਉਂਦੇ ਹਾਂ ਕਕ ਸਸ ਰਰਾ ਤਤ ਕਸਰਤ ਐਡ ਦੱਦਾ ਰਾਰਾ ਕੱਕਾ ਅਦਰਕ ਟੈਂਕਾ ਮਮਾ ਟੈਂਕਾ ਮਮਾ ਟਮ ਟਮ ਠੀਕ ਹੈ ਇਹ ਸਾਰੇ ਸਾਡੇ ਕੋ ਅੱਖਰਾਂ ਦੇ ਮੇਲ ਤੋਂ ਕੀ ਬਣਦਾ ਏ ਸ਼ਬਦ ਦੋ ਅੱਖਰੀ ਤਿੰਨ ਅੱਖਰੀ ਤੇ ਚਾਰ ਅੱਖਰੀ ਤੁਸੀਂ ਇਹਨਾਂ ਨੂੰ ਪੜਨ ਦਾ ਅਭਿਆਸ ਕਰਨਾ ਹੈ ਥੈਂਕ ਯੂ